ਸਤਿ ਸ਼੍ਰੀ ਅਕਾਲ ਤੁਸੀਂ ਮੈਕਰੋ ਫੇਮਸ ਪੰਜਾਬ ਟੀਵੀ ਟੀਵੀ ਐਕਟਰ ਤੇ ਬਿਗ ਬਾਸ ਫੇਮ ਸਿਧਾਂਤ ਸ਼ੁਕਲਾ ਦੇ ਫੈਨਸ ਲਈ ਉਹਨਾਂ ਦੇ ਚਾਹਣ ਵਾਲੇ ਲਈ ਇੱਕ ਬਹੁਤ ਹੀ ਦਿਲ ਤੋੜਨ ਵਾਲੀ ਖਬਰ ਸਾਹਮਣੇ ਆਈ ਹੈ ਕਿਉਂਕਿ ਸਿਧਾਂਤ ਸ਼ੁਕਲਾ ਇਸ ਵਿਲੇਜ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਜੀ ਹਾਂ ਦੱਸਦੀ ਹੈ ਕਿ ਸਿਧਾਂਤ ਸ਼ੁਕਲਾ ਦਾ ਦਿਹਾਂਤ ਅਜ 9:25 ਮਿੰਟ ਤੇ ਮੁੰਬਈ ਦੇ ਹਸਪਤਾਲ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਕਿ ਸਿਧਾਂਤ ਸ਼ੁਕਲਾ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਉਹਨਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਪਣੀ ਆਖਰੀ ਸਾਹ ਲਈ 9:25 ਮਿੰਟ ਤੇ ਸਿਧਾਂਤ ਸ਼ੁ ਅਲਵਿਦਾ ਕਹਿਗੇ 40 ਸਾਲ ਦੀ ਉਮਰ ਵਿੱਚ ਹੀ ਸਿਧਾਰਥ ਸ਼ੁਕਲਾ ਇਸ ਦੁਨੀਆ ਨੂੰ ਅਲਵਿਦਾ ਕਹਿਗੇ ਨੇ ਜਿਸ ਕਾਰਨ ਉਹਨਾਂ ਦੇ ਚਾਹਣ ਵਾਲੇ ਬਹੁਤ ਹੀ ਜ਼ਿਆਦਾ ਹੈਰਾਨ ਨੇ ਬਹੁਤ ਹੀ ਜ਼ਿਆਦਾ ਦੁੱਖ ਵਿੱਚ ਨੇ ਜਿੱਥੇ ਟੀਵੀ ਦੇ ਸਿਤਾਰੇ ਇਸ ਗੱਲ ਤੇ ਦੁੱਖ ਪ੍ਰਗਟਾ ਰਹੇ ਨੇ ਉੱਥੇ ਉਹਨਾਂ ਦੇ ਫੈਨਸ ਨੂੰ ਵੀ ਬਹੁਤ ਵੱਡਾ ਤੱਕਾ ਲੱਗਾ ਹੈ ਇਸ ਖਬਰ ਦੇ ਨਾਲ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿਧਾਂਤ ਸ਼ੁਕਲਾ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਸਨ ਸਿਧਾਂਤ ਸ਼ੁਕਲਾ ਨੇ ਟੀਵੀ ਸੀਰੀਅਲ ਬਾਲਿਕਾ ਵਧੂ ਤੋਂ ਪਛਾਣ ਬਣਾਈ ਸੀ ਜਿਸ ਵਿੱਚ ਦਰਸ਼ਕਾਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਸੀ ਤੇ ਬਿਗ ਬਾਸ ਦੇ ਸੀਜ਼ਨ 13 ਦੇ ਵਿਨਰ ਵੀ ਰਹੇ ਨੇ ਸਿਧਾਂਤ ਸ਼ੁਕਲਾ ਜਿਸ ਕਾਰਨ ਲੋਕਾਂ ਵਿੱਚ ਉਹਨਾਂ ਲਈ ਪਿਆਰ ਹੋਰ ਵੀ ਜ਼ਿਆਦਾ ਵੱਧ ਗਿਆ ਸੀ ਸਿਧਾਤ ਸ਼ੁਕਲਾ ਦੇ ਮੌਤ ਦੀ ਖਬਰ ਸੁਣ ਕੇ ਬਹੁਤ ਸਾਰੇ ਉਹਨਾਂ ਦੇ ਚਾਹਣ ਵਾਲੇ ਕਾਫੀ ਹੈਰਾਨ ਨੇ ਤੇ ਉਹਨਾਂ ਨੂੰ ਬਹੁਤ ਵੱਡਾ ੱਤਕਾ ਲੱਗਾ। ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਲ ਬਖਸ਼ੇ।